ਤੁਸੀਂ ਦੇਖ ਰਹੇ ਹੋ ਪਬਲਿਕ ਸਪੋਰਟ ਨਿਊਜ਼ ਤੇ ਮੈਂ ਤੁਹਾਡੇ ਨਾਲ ਪੂਜਾ ਰਾਣੀ ਅੱਜ ਅਸੀਂ ਪਹੁੰਚ ਗਏ ਜ਼ਿਲ੍ਹਾ ਹੁਸ਼ਿਆਰਪੁਰ ਦੇ ਸ਼ਹਿਰ ਟਾਂਡਾ ਦੀ ਮਿਆਣੀ ਰੋਡ ਤੇ ਸਥਿਤ ਸ਼੍ਰੀ ਚੋਲਾ ਸਾਹਿਬ ਡੇਰਾ ਬਾਬਾ ਨਾਨਕ ਗੁਰੂ ਨਾਨਕ ਦਰਬਾਰ ਤਪ ਸਥਾਨ ਬਾਬਾ ਸ਼੍ਰੀ ਚੰਦ ਉੜਮੁੜ ਟਾਂਡਾ ਵਿਖੇ ਜਿੱਥੇ ਕਿ ਅੱਜ ਰੱਖੜ ਪੁੰਨਿਆ ਤੇ ਪੂਰਨਮਾਸ਼ੀ ਦਾ ਦਿਹਾੜਾ ਬੜੇ ਹੀ ਸ਼ਰਧਾ ਪੂਰਵਕ ਧੂਮਧਾਮ ਢੰਗ ਦੇ ਨਾਲ ਮਨਾਇਆ ਜਾ ਰਿਹਾ ਹੈ ਦੂਰੋਂ ਨੇੜਿਓਂ ਸੰਗਤਾਂ ਹੁੰਮ ਹੁਮਾ ਕੇ ਗੁਰਦੁਆਰਾ ਸਾਹਿਬ ਵਿੱਚ ਪਹੁੰਚੀਆਂ ਸਨ ਗੁਰਦੁਆਰਾ ਸਾਹਿਬ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਪਾਠ ਦੇ ਭੋਗ ਪਾਏ ਗਏ ਉਪਰੰਤ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਗਿਆ ਗੁਰਦੁਆਰਾ ਸਾਹਿਬ ਵਿਖੇ ਸੰਗਤਾਂ ਦੇ ਲਈ ਚਾਹ ਪਕੌੜਿਆਂ ਅਤੇ ਗੁਰ ਕਾ ਲੰਗਰ ਅਟੁੱਟ ਵਰਤਾਇਆ ਗਿਆ ਤੁਹਾਨੂੰ ਅਸੀਂ ਖਾਸ ਗੱਲ ਦੱਸਣਾ ਚਾਹਾਂਗੇ ਗੁਰਦੁਆਰਾ ਸਾਹਿਬ ਵਿਖੇ ਸੰਗਤਾਂ ਦੇ ਲਈ ਡਿਸਪੈਂਸਰੀ ਦਾ ਖਾਸ ਪ੍ਰਬੰਧ ਹੈ ਜਿੱਥੇ ਕਿ ਹਰ ਸੋਮਵਾਰ 12 ਵਜੇ ਤੋਂ ਲੈ ਕੇ 4 ਵਜੇ ਤੱਕ ਸੰਗਤਾਂ ਦਾ ਫ੍ਰੀ ਆਫ ਕੋਸਟ ਵਿੱਚ ਚੈੱਕਅਪ ਕੀਤਾ ਜਾਂਦਾ ਹੈ ਅਤੇ ਮੈਡੀਸਿਨ ਦਿੱਤੀ ਜਾਂਦੀ ਹੈ ਸਮਰਾਏ ਕੇ ਬਾਦਲ ਸਮਰਾਏ
Thank you.
I'm
ਗੱਲ ਕਰਦੇ ਆ ਬਾਬਾ ਸੁਖਦੇਵ ਸਿੰਘ ਬੇਬੀ ਜੀ ਦੇ ਨਾਲ ਤੇ ਉਹਨਾਂ ਨੂੰ ਪੁੱਛਦੇ ਕਿ ਵਾਜੇ ਰੱਖੜ ਪੁੰਨਿਆ ਤੇ ਪੂਰਨਮਾਸ਼ੀ ਦੇ ਪਵਿੱਤਰ ਦਿਹਾੜੇ ਤੇ ਸਭ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਨੇ? ਅਸੀਂ ਗੱਲ ਬਾਬਾ ਜੀ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਦੇਸਾਂ ਵਿਦੇਸਾਂ ਚ ਜੁੜ ਬੈਠੇ ਗੁਰੂ ਨਾਨਕ ਨਾਮ ਲਿਓ ਸੰਗਤਾਂ ਨੂੰ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਅੱਜ ਪੂਰਨਮਾਸ਼ੀ ਔਰ ਰੱਖੜ ਪੁੰਨਿਆ ਦਾ ਪਵਿੱਤਰ ਦਿਹਾੜਾ ਗੁਰਦੁਆਰਾ ਗੁਰੂ ਨਾਨਕ ਦਰਬਾਰ ਸਾਹਿਬ ਸਥਾਨ ਬਾਬਾ ਸ੍ਰੀ ਚੰਦ ਜੀ ਉੜਮਕਾਨਾ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਸੰਗਤਾਂ ਦੇ ਦਾਸ ਬਾਬਾ ਸੁਖਦੇਵ ਸਿੰਘ ਬੇਦੀ 16ਵੀਂ ਸੰਤਾਨ ਸ੍ਰੀ ਗੁਰੂ ਨਾਨਕ ਦੇਵ ਜੀ ਦਰਵਾਸੀ ਚੋਲਾ ਸਾਹਿਬ ਡੇਰਾ ਬਾਬਾ ਨਾਨਕ ਵਾਲੇ ਵੱਲੋਂ ਬੜੀ ਸ਼ਰਧਾ ਤੇ ਪਿਆਰ ਸਤਿਕਾਰ ਨਾਲ ਗੁਰੂ ਨਾਨਕ ਯੋਗ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਛਤਰ ਛਾਇਆ ਹੇਠ ਮਨਾਇਆ ਗਿਆ। ਹਜ਼ਾਰਾਂ ਦੀ ਤਾਦਾਦ 'ਚ ਸੰਗਤਾਂ ਕੱਲ੍ਹ ਵੀ ਅਤੇ ਅੱਜ ਵੀ ਨਤਮਸਤਕ ਹੋਈਆਂ ਨੇ। ਮੈਂ ਅਰਦਾਸ ਹੈ ਗੁਰੂ ਨਾਨਕ ਸਾਹਿਬ ਦੇ ਚਰਨਾਂ 'ਚ ਬਾਬਾ ਸ੍ਰੀ ਚੰਦ ਜੀ ਮਹਾਰਾਜ ਚਰਨਾਂ ਦੇ ਜੋ ਜੋ ਪੁਰਾਣੀ ਅੱਜ ਇਸ ਦਰਬਾਰ 'ਚ ਆਪਣੀਆਂ ਹਾਜ਼ਰੀਆਂ ਭਰੀਆਂ ਨੇ ਗੁਰੂ ਨਾਨਕ ਪਾਤਸ਼ਾਹ ਬਾਬਾ ਸ੍ਰੀ ਚੰਦ ਜੀ ਮਹਾਰਾਜ ਉਹਨਾਂ ਦੀਆਂ ਸ਼ੁਭ ਮਨੋਕਾਮਨਾ ਪ੍ਰਵਾਨ ਕਰਨ ਉਹਨਾਂ ਦੇ ਸਿਰ 'ਤੇ ਮਿਹਰ ਪ੍ਰਾਪਤ ਰੱਖਣ ਘਰਾਂ ਪਰਿਵਾਰਾਂ 'ਚ ਸੁੱਖ ਸ਼ਾਂਤੀ ਚ। ਅਗਲੀ ਪੂਰਨਮਾਸ਼ੀ ਮਿਤੀ 20 ਸਤੰਬਰ ਨੂੰ ਆ ਰਹੀ ਹੈ। ਉਸ ਮੁਬਾਰਕ ਦਿਨ 'ਤੇ ਅਸੀਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਸਪੁੱਤਰ ਬਾਬਾ ਸ੍ਰੀ ਚੰਦ ਜੀ ਮਹਾਰਾਜ ਦਾ 529ਵਾਂ ਪ੍ਰਕਾਸ਼ ਪੁਰਬ ਇਸ ਸਥਾਨ 'ਤੇ 14ਵਾਂ ਸਾਲਾਨਾ ਜੋੜ ਮੇਲਾ ਮਨਾ ਰਹੇ ਹਾਂ। ਮੈਂ ਸੰਗਤਾਂ ਨੂੰ ਅਪੀਲ ਕਰਦਾ ਕਿ ਉਸ ਇਸ ਭੰਡਾਰਿਆਂ ਵਿੱਚ ਗੁਰੂ ਕੇ ਲੰਗਰਾਂ ਵਿੱਚ ਸਹਿਜ ਪਾਠਾਂ ਦੀ ਸੇਵਾ ਸੀ ਅਖੰਡ ਪਾਠ ਸਾਹਿਬ ਦੀ ਸੇਵਾ ਜੋ ਵੀ ਕਿਸੇ ਨੇ ਆਪਣੀ ਸੇਵਾ ਸ਼ਰਧਾ ਮੁਤਾਬਕ ਲੈਣੀਆਂ ਨੇ ਬਾਬਾ ਜੀ ਨੂੰ ਜਾਂ ਪ੍ਰਧਾਨ ਨਾਜਰ ਸਿੰਘ ਨੂੰ ਮਿਲ ਕੇ ਲੈ ਸਕਦੇ ਨੇ। ਉਹ ਇੱਕ ਮੁਬਾਰਕ ਦਿਨ ਅਸੀਂ ਬੜੀ ਸ਼ਰਧਾ ਅਤੇ ਸਤਿਕਾਰ ਨਾਲ ਮਨਾਉਂਦੇ ਹਾਂ। ਸਿੰਘ ਸਾਹਿਬਾਨ ਨਿਰਮਲੇ ਉਦਾਸੀ ਸੰਤਾਂ ਨੂੰ ਅਖਾੜਿਆਂ ਦੇ ਮੁਖੀ ਅਸੀਂ ਸਾਰਿਆਂ ਨੂੰ ਸੱਦਾ ਪੱਤਰ ਦੇਣਾ ਔਰ ਇਹ ਅਸੀਂ ਸਰਬ ਧਰਮ ਸੰਮੇਲਨ ਦੇ ਰੂਪ ਵਿੱਚ ਮਨਾਉਂਦੇ ਹਾਂ ਔਰ ਸਾਰੇ ਮਜ਼ਹਬ ਸਾਰੇ ਧਰਮ ਇੱਥੇ ਇਕੱਠੇ ਹੁੰਦੇ ਨੇ ਮਹਾਰਾਜ ਦੀ ਕਿਰਪਾ ਨਾਲ ਅਤੇ ਇਹ ਵੀ ਦਿਨ ਅਸੀਂ ਇਸੇ ਭਾਵਨਾ ਸਹਿਤ ਮਨਾਉਣਾ। ਸਰਬ ਸਾਂਝੀ ਵਾਲਤਾ ਦਾ ਸੰਦੇਸ਼ ਦੇਣਾ ਗੁਰੂ ਨਾਨਕ ਸਾਹਿਬ ਸਭ ਦੇ ਸਾਂਝੇ ਸਨ, ਬਾਬਾ ਸ੍ਰੀ ਚੰਦ ਜੀ ਮਹਾਰਾਜ ਸਭ ਦੇ ਸਾਂਝੇ ਸਨ। ਸੋ ਮੈਂ ਅਪੀਲ ਕਰਦਾ ਗੁਰੂ ਨਾਨਕ ਨਾਮ ਦੇ ਸੰਗਤਾਂ ਨੂੰ ਕਿ ਉਸ ਮੁਬਾਰਕ ਦਿਨ 'ਤੇ ਆਪ ਜ਼ਰੂਰ ਹਾਜ਼ਰੀਆਂ ਭਰਨੀਆਂ ਔਰ ਗੁਰੂ ਜਸ ਗਾਇਨ ਕਰਕੇ ਆਪਾਂ ਸ੍ਰੀ ਪੁੱਤਰ ਕਰਨਾ
ਕਰਾਂ ਪਰਵਾਰ ਤੁਹਾਡੀ ਖੁਸ਼ ਸ਼ਾਂਤੀ ਬਖਸ਼ਿਸ਼ ਕਰੇ ਤੇ ਜਨਮ ਨੂੰ ਦੇ ਗੁਨਾਹ